ਸਤਿ ਸ਼੍ਰੀ ਅਕਾਲ ਪ੍ਰੋਗਰਾਮ ਸਾਡੀ ਖੇਤੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ, ਮੈਂ ਹਾਂ ਜਸਮੀਤ ਕੌਰ। ਅੱਜ ਅਸੀਂ ਪਹੁੰਚੇ ਹਾਂ ਬਠਿੰਡਾ ਦੇ ਵਿੱਚ। ਬਠਿੰਡਾ ਇਸ ਵਕਤ ਸੁਰਖੀਆਂ ਦੇ ਵਿੱਚ ਹੈ ਇੱਕ ਅਨੋਖੀ ਖੇਤੀ ਦੇ ਕਰਕੇ। ਆਓ ਜਾਣਦੇ ਹਾਂ ਕਿ ਆਖਿਰਕਾਰ ਕਿਸ ਚੀਜ਼ ਦੀ ਖੇਤੀ ਕੀਤੀ ਜਾ ਰਹੀ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਸਲ ਕੇਸਰ ਦੀ। ਕੇਸਰ ਦੀ ਫਸਲ ਦੀ ਬਿਜਾਈ ਦੇ ਲਈ ਢੁਕਵੇਂ ਵਾਤਾਵਰਣ ਅਤੇ ਇਲਾਕੇ ਦੀ ਗੱਲ ਕਰਦੇ ਹਾਂ। ਭਾਰਤ ਦੇ ਵਿੱਚ ਕੇਸਰ ਸਿਰਫ ਕਸ਼ਮੀਰ ਦੇ ਸ਼੍ਰੀਨਗਰ ਇਲਾਕੇ ਦੇ ਵਿੱਚ ਹੁੰਦਾ ਹੈ ਅਤੇ ਉਹ ਵੀ ਬੇਹੱਦ ਥੋੜੇ ਰਕਬੇ ਦੇ ਵਿੱਚ, ਅਤੇ ਇਸਦੀ ਕਪੈਸਿਟੀ ਲਗਭਗ 21 ਕੁਇੰਟਲ ਦੀ ਹੈ। ਵਾਤਾਵਰਣ ਦੀ ਗੱਲ ਕਰੀਏ ਤਾਂ ਕੇਸਰ ਨੂੰ ਅਨੁਕੂਲ ਵਾਤਾਵਰਣ ਚਾਹੀਦਾ ਹੈ। ਕੇਸਰ ਨੂੰ ਮੌਸਮ ਵੀ ਠੰਡਾ ਚਾਹੀਦਾ ਹੈ, ਪਰ ਜ਼ਿਆਦਾ ਠੰਡਾ ਵੀ ਨਹੀਂ ਹੋਣਾ ਚਾਹੀਦਾ ਅਤੇ ਨਾ ਹੀ ਉੱਥੇ ਗਰਮੀ ਹੋਣੀ ਚਾਹੀਦੀ ਹੈ। ਤੇ ਜਿੱਥੇ ਬਿਜਾਈ ਹੁੰਦੀ ਹੈ ਉੱਥੇ ਪਾਣੀ ਖੜਾ ਨਹੀਂ ਹੋਣਾ ਚਾਹੀਦਾ, ਯਾਨੀ ਕਿ ਮਿੱਟੀ ਵੈਲ ਡਰੇਨਡ ਹੋਣੀ ਚਾਹੀਦੀ ਹੈ ਤੇ ਬਕਾਇਦਾ ਇਸ ਇਲਾਕੇ ਦੇ ਵਿੱਚ ਧੁੱਪ ਵੀ ਲੱਗਦੀ ਹੋਵੇ। ਇਸੇ ਕਰਕੇ ਬਹੁਤ ਥੋੜੇ ਰਕਬੇ ਦੇ ਵਿੱਚ ਇਸਦੀ ਫਸਲ ਹੁੰਦੀ ਹੈ। ਹੁਣ ਇਸਦੀ ਕੀਮਤ ਦੀ ਗੱਲ ਕਰੀਏ ਤਾਂ ਕੇਸਰ ਦੀ ਕੀਮਤ ਕਰੀਬ 3 ਲੱਖ ਰੁਪਏ ਪ੍ਰਤੀ ਕਿਲੋ ਹੁੰਦੀ ਹੈ, ਜਿਸਦੀ ਸਭ ਤੋਂ ਵੱਡੀ ਵਜ੍ਹਾ ਇਸ ਫਸਲ ਦੇ ਉੱਤੇ ਲੇਬਰ ਕਾਸਟ। 1 ਗ੍ਰਾਮ ਕੇਸਰ ਤਿਆਰ ਕਰਨ ਲਈ ਲਗਭਗ 150 ਤੋਂ 200 ਫੁੱਲਾਂ ਦੀ ਜ਼ਰੂਰਤ ਹੁੰਦੀ ਹੈ ਅਤੇ ਲੇਬਰ ਦਾ ਖਰਚਾ ਜ਼ਿਆਦਾ ਹੁੰਦਾ ਹੈ ਕਿਉਂਕਿ ਕੇਸਰ ਦੀ ਬਿਜਾਈ ਚੁਣਾਈ ਲੇਬਰ ਹੀ ਕਰਦੀ ਹੈ। ਇਸਦੀ ਚੁਗਾਈ ਸਵੇਰੇ ਸਾਜਰੇ ਕੀਤੀ ਜਾ ਸਕਦੀ ਹੈ ਕਿਉਂਕਿ ਉਸ ਸਮੇਂ ਹੀ ਕੇਸਰ ਦਾ ਫੁੱਲ ਖਿੜਿਆ ਹੁੰਦਾ ਹੈ ਤੇ ਖਿੜੇ ਫੁੱਲ ਦੇ ਵਿੱਚੋਂ ਹੀ ਚੁਗਾਈ ਹੁੰਦੀ ਹੈ। ਤੇ ਕੇਸਰ ਦੇ ਇੱਕ ਫੁੱਲ ਦੇ ਵਿੱਚ ਕੇਸਰ ਦੀਆਂ ਸਿਰਫ 3 ਪੱਤੀਆਂ ਜਾਂ ਧਾਗੇ ਹੁੰਦੇ ਨੇ, ਜਿਸ ਕਾਰਨ ਇਹ ਸੋਨੇ ਦੇ ਨਾਲੋਂ ਵੀ ਮਹਿੰਗਾ ਮੰਨਿਆ ਜਾਂਦਾ ਹੈ। ਕੇਸਰ ਨੂੰ ਸਟੋਰ ਕਰਨ ਲਈ ਕਾਫੀ ਖਰਚਾ ਆਉਂਦਾ ਹੈ ਕਿਉਂਕਿ ਇਸ ਨੂੰ ਨਮੀ ਵਾਲੀ ਜਗ੍ਹਾ ਨਹੀਂ ਰੱਖਿਆ ਜਾ ਸਕਦਾ ਅਤੇ ਜੇਕਰ ਗਿੱਲੇ ਹੱਥ ਵੀ ਇਸ ਨੂੰ ਲੱਗ ਜਾਣ ਤਾਂ ਇਹ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ। ਸੋ ਇਹ ਤਾਂ ਗੱਲ ਹੋਈ ਅਸਲ ਕੇਸਰ ਦੀ। ਹੁਣ ਗੱਲ ਕਰਦੇ ਹਾਂ ਅਮੈਰੀਕਨ ਕੇਸਰ ਦੀ। ਦਰਅਸਲ ਪੰਜਾਬ ਦੇ ਵਿੱਚ ਕਈ ਥਾਈਂ ਅਮੈਰੀਕਨ ਕੇਸਰ ਨਾਮ ਦੀ ਫਸਲ ਬੀਜੀ ਜਾ ਰਹੀ ਹੈ। ਬਿਜਾਈ ਕਰਨ ਵਾਲੇ ਕਿਸਾਨਾਂ ਮੁਤਾਬਕ ਇਸ ਫਸਲ ਦੀ ਦਿੱਲੀ ਮੁੰਬਈ ਵਰਗੇ ਸ਼ਹਿਰਾਂ ਦੇ ਵਿੱਚ ਕਾਫੀ ਡਿਮਾਂਡ ਹੈ ਅਤੇ ਮੁੱਲ ਵੀ ਕਾਫੀ ਵਧੀਆ ਮਿਲ ਰਿਹਾ। ਪਰ ਜਦੋਂ ਸਾਡੇ ਵੱਲੋਂ ਜ਼ਮੀਨੀ ਪੱਧਰ ਤੇ ਇਸਦੀ ਜਾਂਚ ਕੀਤੀ ਗਈ ਤਾਂ ਸਭ ਤੋਂ ਪਹਿਲਾਂ ਤਾਂ ਇਹ ਸਾਫ਼ ਹੋ ਗਿਆ ਕਿ ਇਹ ਅਮੈਰੀਕਨ ਕੇਸਰ ਹੈ ਅਤੇ ਇਸ ਨੂੰ ਕਸੂੰਬੜਾ ਵੀ ਕਹਿੰਦੇ ਨੇ। ਅਮੈਰੀਕਨ ਕੇਸਰ ਦੇ ਪੱਤੇ ਥੋੜੇ ਬਹੁਤ ਕੇਸਰ ਦੇ ਨਾਲ ਮਿਲਦੇ ਜੁਲਦੇ ਨੇ ਅਤੇ ਪੰਜਾਬ ਰਾਜਸਥਾਨ ਦੇ ਵਿੱਚ ਕਈ ਕਿਸਾਨ ਇਸਦੀ ਬਿਜਾਈ ਕਰ ਰਹੇ ਨੇ, ਪਰ ਇਸਦੇ ਲਈ ਖੇਤੀਬਾੜੀ ਯੂਨੀਵਰਸਿਟੀ ਨਾਲ ਕਿਸੇ ਤਰ੍ਹਾਂ ਦਾ ਸੰਪਰਕ ਨਹੀਂ ਕੀਤਾ ਗਿਆ। ਕਿਸਾਨ ਫਸਲ ਦੀ ਬਿਜਾਈ ਤੋਂ ਬਾਅਦ ਸਿੱਧੇ ਇਸਦੇ ਬੀਜ ਦੂਜੇ ਕਿਸਾਨਾਂ ਨੂੰ ਵੇਚ ਰਹੇ ਨੇ ਅਤੇ ਉਹ ਵੀ ਮਹਿੰਗੇ ਮੁੱਲ ਤੇ। ਇਸ ਬਾਬਤ ਬਾਰੀਕੀ ਨਾਲ ਜਾਂਚ ਕਰਨ ਲਈ ਅਸੀਂ ਪਹੁੰਚੇ ਬਠਿੰਡਾ ਦੇ ਪਿੰਡ ਮਹਿਮਾ ਸਰਕਾਰੀ, ਜਿੱਥੇ ਦੇ ਕਿਸਾਨ ਨੇ ਦੱਸਿਆ ਕਿ ਕਿਸ ਤਰ੍ਹਾਂ ਉਸਨੂੰ ਫਸਲ ਦਾ ਪਤਾ ਲੱਗਿਆ ਅਤੇ ਕਿਵੇਂ ਉਸਨੂੰ ਬੀਜ ਮਿਲਿਆ। ਤੁਹਾਨੂੰ ਪਤਾ ਲੱਗਿਆ ਵੀ ਇਹ ਕਿਸਾਨ ਜਿਹੜੇ ਵੇਚ ਸਕਦੇ? ਕਿਸੇ ਯਾਰ ਦੋਸਤ ਨਾਲ ਫੇਸਬੁੱਕ ਤੇ ਵੇਖੀ ਸੀ ਜੀ ਜੀ। ਮੈਂ ਜੋਬ ਕਰਦਾ ਮਿੱਤਲ ਮੁਲਸਕੋੜੀ ਤੋਂ, ਸੁਪਰਵਾਈਜ਼ਰ ਮੈਡਮ ਜੀ, ਉੱਥੋਂ ਮੇਰਾ ਮਨ ਬਣ ਗਿਆ ਵੀ ਆਪਾਂ ਇਹ ਖੇਤੀ ਕਰਕੇ ਦੇਖਣੀ ਹੈ। ਅੱਛਾ, ਠੀਕ ਹੈ ਜੀ। ਤੇ ਉਦੋਂ ਬਾਅਦ ਇਹ ਗੁਰੂ ਕੇ ਕੋਠੇ ਲੱਗੇ ਸਾਡੇ ਪਿੰਡ ਭਗਤੇ ਦੇ ਨੇੜੇ ਜੀ, ਬਾਈ ਜਮੇਰ ਸਿੰਘ ਦੇ ਦੋਕ ਨਾਲ ਜੀ ਜੀ। ਮੈਂ ਉੱਥੋਂ ਬੀਜ ਲਿਆ 50,000 ਦਾ, ਅੱਧੇ ਏਕੜ ਦਾ। ਠੀਕ ਹੈ ਜੀ। ਮੇਰੇ ਮਨ ਨੂੰ ਚੰਗਾ ਲੱਗਾ ਮੈਡਮ ਇਹ ਬਿਜਾਈ, ਮੈਂ ਆਪਦੇ ਖੇਤਾਂ ਸ਼ੁਰੂ ਕਰਤੀ। ਅੱਛਾ ਜੀ। ਇਹ ਮੈਂ 10ਵੇਂ ਮਹੀਨੇ 23 ਤਰੀਕ ਨੂੰ ਅਕਤੂਬਰ ਨੂੰ ਲਾਇਆ ਸੀਗਾ ਜੀ। ਅੱਛਾ ਜੀ। 2018 ਚ ਜੀ। ਤੇ ਟਰੈਕਟਰਾਂ ਦੀਆਂ ਵੱਟਾਂ ਪਾਂਗਾ ਹੋਗਾ ਸੀਗਾ ਜੀ ਕਰਾਹੀ ਨਾਲ। ਹਾਂਜੀ। ਤੇ ਚੁੰਡੀਆਂ ਨਾਲ ਸੀ ਮੇਰੇ ਬੇਟੇ ਨੇ ਤੇ ਮੇਰੇ ਭਾਈ ਨੇ ਲਗਵਾਇਆ ਜੀ ਇਹ। ਠੀਕ ਹੈ ਜੀ। ਇਹ ਕੇਸਰ ਆਮ ਤਾਂ ਜ਼ਿਆਦਾ ਦਵਾਂਗਾ ਚ ਪੈ ਰਿਹਾ ਜੀ ਇਹ। ਅੱਛਾ ਜੀ। ਸਾਡੇ ਕੋਲ ਡਾਕਟਰ ਵੀ ਆਏ ਮੱਧ ਪ੍ਰਦੇਸ਼ ਦੇ। ਠੀਕ ਹੈ ਜੀ। ਜਿਨ੍ਹਾਂ ਨੇ ਜਾਂਚ ਕੀਤੀ ਉਹਨਾਂ ਦੇ ਵੀ। ਹਾਂਜੀ। ਨਾ ਕੋਈ ਕਿਸੇ ਨੂੰ ਪਤਾ ਨਹੀਂ ਇਹਦੇ ਬਾਰੇ। ਠੀਕ ਹੈ ਜੀ। ਸਾਨੂੰ ਪਤਾ, ਸਾਡੇ ਕੋਲ ਲਿਆਓ ਦਿੱਲੀ, ਜੈਪੁਰ, ਅੰਮ੍ਰਿਤਸਰ। ਠੀਕ ਹੈ ਜੀ। ਇਹਨਾਂ ਦੀ ਜ਼ਿਆਦਾ ਵਿਕਰੀ ਆ ਜੀ। ਕਿਸਾਨ ਨੇ ਖੁਦ ਮੰਨਿਆ ਹੈ ਕਿ ਖੇਤੀਬਾੜੀ ਮਾਹਿਰਾਂ ਦੇ ਨਾਲ ਉਸਨੇ ਸੰਪਰਕ ਨਹੀਂ ਸਾਧਿਆ, ਪਰ ਉਸਦੇ ਮੁਤਾਬਕ ਉਸਨੂੰ ਫਸਲ ਦਾ ਦਿੱਲੀ ਮੁੰਬਈ ਦੇ ਵਿੱਚ ਕਾਫੀ ਰੇਟ ਮਿਲਣ ਦੀ ਸੰਭਾਵਨਾ ਹੈ। ਪਰ ਕਿਸਾਨਾਂ ਨੂੰ ਜਾਗਰੂਕਤਾ ਨਾ ਹੋਣ ਕਰਕੇ ਇਹ ਨਹੀਂ ਪਤਾ ਕਿ ਇਸਦਾ ਬੀਜ ਮਹਿੰਗੇ ਮੁੱਲ ਦਿੱਤੇ ਉਹਨਾਂ ਨੂੰ ਦਿੱਤਾ ਜਾ ਰਿਹਾ। ਤੁਸੀਂ ਇਹ ਜਦੋਂ ਫਸਲ ਬੀਜੀ ਹੈ ਤਾਂ ਉਦੋਂ ਕੀ ਖੇਤੀਬਾੜੀ ਦੇ ਜੋ ਮਾਹਿਰ ਸੀ ਉਹਨਾਂ ਦੇ ਨਾਲ ਤੁਹਾਡਾ ਰਾਬਤਾ ਕਾਇਮ ਹੋਇਆ, ਉਹ ਉੱਥੇ ਪਹੁੰਚੇ ਤੁਹਾਡੇ ਕੋਲ, ਜਾਂ ਫਿਰ ਤੁਸੀਂ ਉਹਨਾਂ ਤੱਕ ਪਹੁੰਚ ਕੀਤੀ ਅਤੇ ਉਹਨਾਂ ਨਾਲ ਗੱਲਬਾਤ ਕੀਤੀ ਫਸਲ ਬੀਜਣ ਤੋਂ ਪਹਿਲਾਂ? ਨਹੀਂ ਮੈਡਮ, ਅਸੀਂ ਕਿਸੇ ਦੀ ਕੋਈ ਰਾਇ ਨਹੀਂ ਲਈ ਜੀ। ਜੋ ਬਾਈ ਜਮੇਰ ਸਿੰਘ ਨੇ ਗੁਰੂ ਕੇ ਕੋਠੇ ਵਾਲੇ ਨੇ ਸਾਨੂੰ ਰਾਇ ਦਿੱਤੀ ਸੀ, ਉਸੇ ਤਰੀਕੇ ਨਾਲ ਆਪਦੀ ਫਸਲ ਜੀ ਤਿਆਰ ਕੀਤੀ ਆ। ਤੇ ਗੁਰਸ਼ਰਨ ਜੀ, ਇਸ ਤੋਂ ਬਾਅਦ ਜੇ ਗੱਲ ਕਰੀਏ ਤੇ ਇਸਦੀ ਲਾਗਤ ਕਿੰਨੀ ਆਈ ਹੈ ਤੇ ਇਹਦੇ ਵਿੱਚੋਂ ਮੁਨਾਫਾ ਕਿੰਨਾ ਹੋਵੇਗਾ ਤੁਹਾਨੂੰ, ਜੇ ਆਪਾਂ ਪ੍ਰਤੀ ਏਕੜ ਦੀ ਗੱਲ ਕਰੀਏ? ਪ੍ਰਤੀ ਏਕੜ ਦੀ ਗੱਲ ਆ ਜੀ, 1 ਏਕੜ ਦਾ 1 ਲੱਖ ਰੁਪਏ ਦਾ ਬੀਜ ਪੈਂਦਾ ਮੈਡਮ, ਤੇ ਮੇਰਾ 1/2 ਏਕੜ ਆ ਜੀ, 50,000 ਦਾ ਬੀਜ ਮੈਂ ਇਹ 'ਚ ਪਾ ਚੁੱਕਿਆ ਦੂਗਾ। ਠੀਕ ਹੈ ਜੀ। ਤੇ ਇਸ ਤੋਂ ਬਾਅਦ ਜਿਹੜੀ ਤੁਸੀਂ ਹੁਣ ਬੁਕਿੰਗ ਲਈ ਹੈ ਉਹ ਹੁਣ ਤੱਕ ਤੁਹਾਨੂੰ ਕਿੰਨੀ ਹੋ ਚੁੱਕੀ ਹੈ? ਬੁੱਕ ਜੀ 50,000 ਰੁਪਇਆ ਸਾਡੇ ਕੋਲ ਬੁੱਕ ਹੋ ਚੁੱਕਿਆ। ਅੱਛਾ, ਠੀਕ ਹੈ ਜੀ। ਪਹਿਲਾਂ ਠੀਕ ਹੈ ਜੀ। ਤੇ ਜਿਹੜਾ ਇਹਦਾ ਸਾਨੂੰ ਰੇਟ ਮਿਲਣਾ ਸਾਨੂੰ 2 ਲੱਖ ਤੱਕ ਇਹਦਾ ਜੀ। ਠੀਕ ਹੈ ਜੀ। 1 ਲੱਖ ਤੋਂ ਲੈ ਕੇ ਸਾਨੂੰ ਝਾਕ ਇਹਦੇ ਵੀ ਰੱਖ ਸਕਦਾ ਮੰਡੀ ਕਰ।
ਜਦੋਂ ਫਸਲ ਵੇਚਣ ਦੀ ਵਾਰੀ ਆਉਂਦੀ ਹੈ ਤਾਂ ਕਿਸਾਨਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਜਿਹੜੀਆਂ ਸ਼ੰਕਾਵਾਂ ਹੁੰਦੀਆਂ ਨੇ। ਹੁਣ ਇਸ ਵਕਤ ਪੂਰੀ ਤਰ੍ਹਾਂ ਨਾਲ ਤਿਆਰ ਹੋ ਚੁੱਕੀ ਹੈ ਫਸਲ ਤੁਹਾਡੀ, ਵੇਚਣ ਜਾਣਾ ਹੈ, ਤਾਂ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਵੀ ਕਿੱਥੇ ਵੇਚੀ ਜਾ ਸਕਦੀ ਹੈ ਅਤੇ ਕਿੱਥੇ ਇਸਦਾ ਜਿਹੜਾ ਸਹੀ ਮੁੱਲ ਹੈ ਜਿਹੜਾ ਉਹ ਮਿਲ ਸਕਦਾ? ਸਹੀ ਮੁੱਲ ਮੈਡਮ ਆਇਆਂ ਵੀ ਸ਼ਿਕਾਇਤ ਕਰਕੇ, ਹਾਂਜੀ, ਇੱਕ ਮਹੀਨੇ ਬਾਅਦ ਦਿੱਲੀ ਮੰਡੀਕਰਨ ਹੋ ਰਿਹਾ ਜੀ, ਇਹਦਾ ਜੈਪੁਰ, ਬੰਬਾ ਅਤੇ ਅੰਮ੍ਰਿਤਸਰ ਮਜੀਠੀਆ ਮੰਡੀ ਹੈ ਜੀ, ਠੀਕ ਹੈ ਜੀ, ਉੱਥੇ ਹੋ ਰਿਹਾ, ਠੀਕ ਹੈ। ਸਾਨੂੰ ਲੱਗਦਾ ਵੀ ਸਾਨੂੰ ਕਾਫੀ ਮੁਨਾਫਾ ਮਿਲੇਗਾ, ਠੀਕ ਹੈ ਜੀ। ਬਾਕੀ ਸਾਡੇ ਕੋਲ ਜੀ ਮੱਧ ਪ੍ਰਦੇਸ਼ MP ਜੋ ਡਾਕਟਰ ਆ ਚੁੱਕਿਆ ਸੀ, ਜਿਨ੍ਹਾਂ ਦਾ ਆਪਦਾ ਹਸਪਤਾਲ ਆ, ਅਤੇ 18-20 ਬੰਦੇ ਉੱਥੇ ਕੰਮ ਕਰ ਰਹੇ ਆ, ਠੀਕ ਹੈ ਜੀ। ਅਤੇ ਉਹ ਵੇਖ ਕੇ ਗਏ ਸੀਗੇ, ਉਹਨਾਂ ਨੇ ਤੁਸੀਂ ਮੇਰੇ ਕੋਲ ਲੈ ਕੇ ਆਉਣਾ ਵੀ ਇਹਦੋਂ ਵੀ ਵੱਧ ਮੁਨਾਫਾ ਤੁਹਾਨੂੰ ਮੈਂ ਦੇ ਸਕਦਾ ਵੀ ਇਹ ਦਵਾਈਆਂ ਬੂੜੀਆਂ ਦੇ ਵਿੱਚ ਤਿਆਰ ਹੁੰਦਾ ਜੀ, ਤਾਕਤ ਦੀ ਖਾਤਰ ਆਪਾਂ ਦੁੱਧ 'ਚ ਪਾ ਕੇ ਪੀ ਸਕਦੇ ਹਾਂ, ਹੋਰ ਵੀ ਇਹ ਦਵਾਈਆਂ ਬੂੜੀਆਂ ਬਹੁਤ ਹੀ ਵੀ ਜਿਹੜੇ ਕਿਸੇ ਨੂੰ ਪਤਾ ਹੀ ਨਹੀਂ ਵੀ ਕਿਹੜੀ ਕਿਹੜੀ ਚੀਜ਼ ਪੈ ਰਿਹਾ। ਫਿਰ ਇਸ ਤੋਂ ਬਾਅਦ ਅਸੀਂ ਕਿਸਾਨ ਦੇ ਖੇਤ ਦੇ ਵਿੱਚੋਂ ਕੁਝ ਸੈਂਪਲ ਲੈ ਕੇ ਖੇਤੀਬਾੜੀ ਮਾਹਿਰਾਂ ਦੇ ਨਾਲ ਸੰਪਰਕ ਸਾਧਿਆ, ਜਿਸ ਤੋਂ ਬਾਅਦ ਜੋ ਖੁਲਾਸੇ ਹੋਏ ਨੇ ਉਹ ਕਾਫੀ ਹੈਰਾਨੀਜਨਕ ਸਨ। ਸਾਡੇ ਇਸ ਪ੍ਰੋਗਰਾਮ ਦਾ ਮੁੱਖ ਮਕਸਦ ਹੀ ਇਹ ਹੈ ਕਿ ਕਿਸਾਨਾਂ ਨੂੰ ਸਹੀ ਜਾਣਕਾਰੀ ਮੁਹੱਈਆ ਕਰਵਾਈ ਜਾਵੇ ਤਾਂ ਜੋ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਦਾ ਸਾਹਮਣਾ ਨਾ ਕਰਨਾ ਪਵੇ। ਅਤੇ ਕੇਸਰ ਅਤੇ ਅਮੈਰੀਕਨ ਕੇਸਰ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਜੋ ਦੁਵਿਧਾ ਬਣੀ ਹੋਈ ਹੈ ਉਸ ਨੂੰ ਲੈ ਕੇ ਕਲੈਰੀਫਾਈ ਕਰਨ ਦੇ ਲਈ ਅਸੀਂ ਅੱਜ ਪਹੁੰਚੇ ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਜਿੱਥੇ ਕਿ ਮਾਹਿਰਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਆਖਿਰਕਾਰ ਕੇਸਰ ਅਤੇ ਅਮੈਰੀਕਨ ਕੇਸਰ ਦੇ ਵਿੱਚ ਫਰਕ ਕੀ ਹੈ। ਸਾਡੇ ਨਾਲ ਇਸ ਵਕਤ PIU ਦੇ ਮਾਹਿਰ ਡਾਕਟਰ ਖੁਸ਼ਵਿੰਦਰ ਸਿੰਘ ਬਰਾੜ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ ਜੀ। ਇਸ ਵਕਤ ਬਠਿੰਡਾ ਵਾਲੀ ਇਲਾਕੇ ਵਾਲੀ ਜਗ੍ਹਾ ਦੇ ਉੱਤੇ ਇਸ ਫਸਲ ਦੀ ਜਿਹੜੀ ਉਹ ਬਿਜਾਈ ਕੀਤੀ ਗਈ ਵੱਡੇ ਪੱਧਰ 'ਤੇ, ਹਾਂਜੀ, ਅਤੇ ਕਿਸਾਨ ਜਿਹੜੇ ਉਹ ਜਾਣਨਾ ਚਾਹੁੰਦੇ ਨੇ ਕਿ ਆਖਿਰਕਾਰ ਇਹ ਫਸਲ ਹੈ ਕੀ ਹੈ, ਕਿਉਂਕਿ ਕੇਸਰ ਕਹਿ ਕੇ ਇਸ ਨੂੰ ਲਗਾਇਆ ਜਾ ਰਿਹਾ ਹੈ ਅਤੇ ਕਈ ਕਿਸਾਨ ਕਹਿ ਰਹੇ ਨੇ ਕਿ ਅਸੀਂ ਅਮੈਰੀਕਨ ਕੇਸਰ ਬੀਜਿਆ ਹੋਇਆ, ਇਸ ਦੀ ਸੱਚਾਈ ਕੀ ਹੈ? ਤੁਸੀਂ ਬਿਲਕੁਲ ਠੀਕ ਕਿਹਾ, ਅਸਲ ਵਿੱਚ ਇਹ ਕਸੁੰਬੜਾ ਹੈ ਜੀ। ਸਾਡੇ ਪਹਿਲਾਂ ਕਸੁੰਬੜਾ ਬੀਜਿਆ ਜਾਂਦਾ ਸੀ, ਸਾਡੀ ਬਹੁਤ ਪੁਰਾਣੀ ਫਸਲ ਸੀ, ਪਰ ਅੱਜ ਕੱਲ੍ਹ ਕਸੁੰਬੜਾ ਹੀ ਬੀਜਿਆ ਜਾਂਦਾ ਕਿਉਂਕਿ ਇਹਦੀ ਪੈਦਾਵਾਰ ਸਾਡੇ ਦੂਜੀਆਂ ਫਸਲਾਂ ਦੇ ਮੁਕਾਬਲੇ ਨਹੀਂ ਆਉਂਦੀ, ਜਿਸ ਕਰਕੇ ਕਿਸਾਨਾਂ ਨੇ ਇਸ ਨੂੰ ਬੀਜਣਾ ਬੰਦ ਕਰਤਾ ਜੀ। ਅੱਜ ਤੋਂ 40-50 ਜਾਂ 60 ਸਾਲ ਮਗਰ ਜਾਈਏ ਤਾਂ 50% ਲੋਕ ਇਸ ਨੂੰ ਤੇਲ ਵਾਸਤੇ ਬੀਜਦੇ ਸਨ ਜੀ। ਹਿੰਦੁਸਤਾਨ ਵਿੱਚ ਇਸ ਨੂੰ ਕਸੁੰਬੜਾ, ਕਾਰਡੀ ਜਾਂ ਅੰਗਰੇਜ਼ ਸੈਫਲਾਵਰ ਕਿਹਾ ਜਾਂਦਾ ਹੈ, ਪਰ ਜੇ ਅਸੀਂ ਇਹਨੂੰ ਅਮਰੀਕਾ ਦੇ ਵਿੱਚ ਨਾ ਲਈਏ ਤਾਂ ਇਹਨੂੰ ਅਮੈਰੀਕਨ ਸੈਫਰਨ ਦਾ ਮੰਨਦਾ ਕੇਸਰ, ਜਿਹੜਾ ਸਾਡਾ ਅਸਲੀ ਕੇਸਰ ਹੈ ਉਹਦਾ ਨਾਂ ਸੈਫਰਨ ਹੈ, ਪਰ ਇਹਦੇ ਪੀਲੇ ਰੰਗ ਦੇ ਫੁੱਲ ਹੋਣ ਕਰਕੇ ਇਹਨੂੰ ਸੈਫਲਾਵਰ ਕਹਿੰਦੇ ਸੀ, ਜਾਂ ਦੂਜਾ ਸੀ ਇਹ 'ਚ ਜਿਹੜੇ ਫੁੱਲਾਂ ਤੋਂ ਹੈਗੇ ਇਹਨਾਂ 'ਚੋਂ ਇੱਕ ਰੰਗ ਨਿਕਲਦਾ ਹੈ ਉਹ ਭਾਗਵਾਂ ਰੰਗ ਹੁੰਦਾ ਹੈ, ਅਤੇ ਪੁਰਾਣੇ ਜ਼ਮਾਨੇ ਸਾਡੇ ਕੱਪੜੇ ਦਾ ਰੰਗ ਕੱਢ ਕੇ ਦਿੰਦੇ ਸੀ ਜੀ। ਦੂਸਰਾ ਇਹਦਾ ਕੀ ਹੈ ਕਿ 'ਚ ਦਵਾਈਆਂ ਤੋਂ ਅਦਰਵਾਈਜ਼ ਬਹੁਤ ਵਰਤਿਆ ਜਾਂਦਾ ਸੀ, ਤਕਰੀਬਨ ਆਮ ਦੱਸਿਆ ਜਾਂਦਾ ਕਿ 30-35 ਬਿਮਾਰੀਆਂ ਨੂੰ ਕੰਟਰੋਲ ਕਰਨ ਦੇ ਕਾਬਲ ਹੈ ਜੇਕਰ ਲਗਾਤਾਰ ਇਹਨੂੰ ਲਿਆ ਜਾਵੇ, ਪਰ ਫਿਰ ਵੀ ਅੱਜ ਕੱਲ੍ਹ ਦੇਖਣ ਵਿੱਚ ਆਇਆ ਕੋਈ ਕਿਸਾਨ ਵੀਰ ਇਹਨੂੰ ਬੀਜਣਾ ਚਾਲੂ ਕਰਤੇ ਉਹ ਅਸਲੀ ਕੇਸਰ ਨੂੰ ਦਾ ਭੁਲੇਖਾ ਸਮਝ ਵਿੱਚ। ਦੂਸਰਾ ਫਰਕ ਇਹ ਹੈ ਕਿ ਜਿਵੇਂ ਆਹ ਟੋਡੀ ਦੇ ਇਹ ਬੀਜ ਪੱਕ ਗਿਆ, ਇਹ ਤੁਹਾਨੂੰ ਬੀਜ ਚਿੱਟੇ ਰੰਗ ਦਾ, ਕਾਲੇ ਰੰਗ ਦਾ, ਭੂਰੇ ਰੰਗ, ਕਿਸ ਰੰਗ ਦਾ ਹੋ ਸਕਦਾ ਕਿਸਮ ਤੋਂ ਕਿਸਮ ਦੇ ਅਨੁਸਾਰ, ਪਰ ਕੇਸਰ ਦੇ ਵਿੱਚ ਬੀਜ ਨਹੀਂ ਬਣਦਾ, ਉਹ ਥੱਲੇ ਗੰਢੀਆਂ ਹੁੰਦੀਆਂ, ਜਿਵੇਂ ਕਿਤੇ ਗਲੈਂਡਸ ਦਾ ਫੁੱਲ ਦੇਖਿਆ ਹੋਵੇ ਉਹ ਥੱਲੇ ਗੰਢੀਆਂ ਲੱਗਦੀਆਂ, ਉਸ ਤਰ੍ਹਾਂ ਗੰਢੀਆਂ ਲੱਗਦੀਆਂ, ਜਾਂ ਕਈ ਵੀਰਾਂ ਨੇ ਨਰਗਸ ਦਾ ਫੁੱਲ ਦੇਖਿਆ ਹੋਵੇ ਜਿਹੋ ਨਰਗਸ ਦਾ ਫੁੱਲ ਦਾ ਆਲਮੋਸਟ ਕੇਸਰ ਉਹਦੇ ਵਰਗਾ ਹੀ ਹੁੰਦਾ ਹੈ, ਜਾਂ ਉਹਦੇ ਵਰਗਾ ਵਰਤਾਓ ਹੁੰਦਾ, ਪੱਤੇ ਵੀ ਹੋ ਜਾਂਦੇ ਹੁੰਦਾ ਉਹ। ਦੂਜੀ ਗੱਲ, ਕੇਸਰ ਸਾਡੇ ਪੰਜਾਬ 'ਚ ਬਿਲਕੁਲ ਨਹੀਂ ਹੋ ਸਕਦਾ, ਇਹ ਕਿਸਾਨ ਵੀਰ ਨੂੰ ਭੁੱਲ ਜਾਣਾ ਚਾਹੀਦਾ ਹੈ ਕਿ ਜੇ ਗੰਢੀਆਂ ਵੀ ਲਾ ਲੈਣਗੇ ਸਾਨੂੰ 3-4 ਮਹੀਨੇ -10 ਡਿਗਰੀ ਟੈਂਪਰੇਚਰ ਨਹੀਂ ਮਿਲਣਾ, ਜਿਹੜਾ ਉਹਦੀ ਜ਼ਰੂਰਤ ਹੈ, ਉਹਦੇ ਬਗੈਰ ਬੂਟਾ ਹੋ ਸਕਦਾ ਪੱਤੇ ਆ ਜਾਣ ਪਰ ਫੁੱਲ ਨਹੀਂ ਆਉਣਾ ਜੀ। ਇਸ ਕਰਕੇ ਇਹ ਸਾਨੂੰ ਬਿਲਕੁਲ ਮਨ 'ਚੋਂ ਕੱਢ ਦੇਣਾ ਚਾਹੀਦਾ ਹੈ ਕਿ ਕੇਸਰ ਪੰਜਾਬ 'ਚ ਹੋ ਸਕਦਾ, ਕੇਸਰ ਬਿਲਕੁਲ ਨਹੀਂ ਹੋ ਸਕਦਾ। ਇਹ ਕਸੁੰਬੜਾ ਹੈ, ਕਸੁੰਬੜਾ ਸਾਡਾ ਜਿਹੜਾ ਹੈਗਾ ਹਿੰਦੁਸਤਾਨ ਦੇ ਵਿੱਚ ਅੱਜ ਕੱਲ੍ਹ 2-3 ਸਟੇਟਾਂ ਜਿੱਥੇ ਇਹਨੂੰ ਕਾਫੀ ਉਗਾਇਆ ਜਾਂਦਾ ਹੈ, ਉਹਦੇ ਵਿੱਚ ਆਂਧਰਾ 1 ਨੰਬਰ 'ਤੇ, ਕਰਨਾਟਕਾ, ਮਹਾਰਾਸ਼ਟਰ। ਡਾਕਟਰ ਸਾਹਿਬ, ਅਮੈਰੀਕਨ ਕੇਸਰ ਅਤੇ ਕਸੁੰਬੜਾ ਦੋਨੋਂ ਇੱਕੋ ਚੀਜ਼? ਹਾਂਜੀ, ਇਹਦਾ ਨਾਂ ਹੈ, ਜੇ ਤੁਸੀਂ ਅਮਰੀਕਾ ਚਲੇ ਜਾਓਗੇ ਤਾਂ ਇਹਨੂੰ ਅਮੈਰੀਕਨ ਸੈਫਰਨ ਬੋਲਣਗੇ, ਉਹ ਕਸੁੰਬੜਾ ਨਹੀਂ ਬੋਲਣਗੇ ਇਹਨੂੰ ਜੀ ਜੀ। ਜੇ ਮੈਕਸੀਕੋ ਚਲੇ ਜਾਣਗੇ ਉਹ ਮੈਕਸੀਕੋ ਸੈਫਰਨ ਬੋਲਣਗੇ, ਜੇ ਇਰਾਨ ਚਲੋ ਇਰਾਨੀਅਨ ਸੈਫਰਨ ਬੋਲਣਗੇ। ਇੰਡੀਆ ਦੇ ਵਿੱਚ ਅਸੀਂ ਇਹਨੂੰ ਕਸੁੰਬੜੇ ਕਹਾਂਗੇ ਜਾਂ ਕਾਰਡੀ ਕਹਾਂਗੇ, ਇਹ ਸਾਡਾ ਆਪਣਾ ਨਾਂ ਇਹਦਾ ਜੀ ਜੀ। ਇਹਦਾ ਜਿਹੜਾ ਵਿਗਿਆਨਿਕ ਨਾਂ ਉਹ ਹੈਗਾ ਕਾਰਥਾਮਸ ਜੀ ਟਨਕੋਰੀਅਸ, ਠੀਕ ਹੈ। ਬਠਿੰਡੇ ਇਲਾਕੇ ਵਿੱਚ ਕਈ ਕਿਸਾਨ ਦੇਖਣਾ, ਪਹਿਲਾਂ ਪੋਲੀ ਹੁੰਦੀ ਸੀ, ਪੋਲੀ ਦੀ ਭੈਣ ਸੀ, ਉਹਦਾ ਨਾਂ ਕਾਰਥਾਮਸ ਓਕਸੀਕਿੰਤਸ ਸੀ, ਪਰ ਪੋਲੀ ਹੁਣ ਹਟ ਗਈ। ਇਹਦੇ ਫਸਲ ਦੇ ਕੰਡੇ ਬਹੁਤ ਹੁੰਦੇ ਆ, ਪਰ ਹੁਣ ਸਾਡੇ ਵਿਗਿਆਨਿਕ ਤੌਰ 'ਤੇ ਅਸੀਂ ਇਹਦੇ ਕੰਡੇ ਹਟਾਤੇ ਤਾਂ ਕਿ ਜਿਹੜੀ ਫਸਲ ਦੀ ਖੇਤੀ ਵਿੱਚ ਬੜੇ ਆਸਾਨੀ ਹੋ ਜਾਏ। ਇਹਦੇ ਕੰਡੇ ਹੈ ਨਹੀਂ, ਇਹਦੇ ਕੰਡੇ ਬਹੁਤ ਜ਼ਿਆਦਾ ਹੁੰਦੇ ਆ ਜੀ, ਇਹਨੂੰ ਸਪੈਨਲੈਸ ਬੋਲਦੇ ਆ। ਉਸ ਤੋਂ ਬਾਅਦ ਜੇ ਭਰਾਵਾ ਦੇਖ ਰਹੇ ਤੁਸੀਂ, ਇਹਨੂੰ ਅਸੀਂ ਕੇਸਰ ਕਹਿ ਲਓ ਜਾਂ ਜੋ ਵੀ ਤੁਹਾਡੇ ਹੈਗਾ ਉਹ ਕਹਿ ਲਓ, ਇਹਨੂੰ ਜੋ ਤੋੜਾਂਗੇ ਅਸੀਂ ਇਹ ਬਣ ਜਾਏਗਾ। ਇਹਨੂੰ ਸੁਕਾ ਕੇ ਅਸੀਂ
ਮੰਡੀ ਵਿੱਚ ਵੇਚਦੇ ਆ। ਹਿੰਦੁਸਤਾਨ ਵਿੱਚ ਇਹਨੂੰ ਸੈਫੋਟੀ ਦੇ ਨਾਮ ਜਾਣਿਆ ਜਾਂਦਾ ਸੀ। ਪਰ ਇਹਦੇ 'ਤੇ ਮੈਂ ਤੁਹਾਨੂੰ ਦੱਸਦਾ ਕਿਸਾਨ ਵੀਰੋ, ਇਹ ਜਿਹੜਾ ਤੁਹਾਡਾ ਇੱਕ ਏਕੜ 'ਚੋਂ ਜਿਹੜੀ ਪੱਤੀਆਂ ਇਹ ਤਕਰੀਬਨ 20 ਤੋਂ 25 ਕਿਲੋ ਹੀ ਨਿਕਲਣੇ ਆ, ਪਰ ਜੋ ਇਹਦੀ ਲਾਗਤ ਆਉਣੀ ਮੰਡੀ ਦੇ ਵਿੱਚ ਤਾਂ ਉਹਦਾ 80% ਪੱਤੀਆਂ ਤੋੜ 'ਤੇ ਖਰਚ ਆ ਜਾਣਾ ਜੀ, ਕਿਉਂਕਿ ਇਹਨੂੰ ਇਕੱਠਾ ਕਰਨਾ ਬਹੁਤ ਔਖਾ ਹੈ। ਦੂਜੀ ਗੱਲ, ਇਹ ਕੰਡੇ ਹੁੰਦੇ ਆ, ਲੇਬਰ ਮੈਨੇਜ ਕਰਨੀ ਔਖੀ ਹੈ ਜੀ। ਜੀ, ਅੱਜ ਤੋਂ 10 ਸਾਲ ਪਹਿਲਾਂ ਹਿੰਦੁਸਤਾਨ ਵਿੱਚ ਪੱਤੀਆਂ ਦੇ 1000 ਰੁਪਇਆ ਕਿਲੋ ਸੀ, ਤਾਂ 700 ਤੋਂ 800 ਰੁਪਇਆ ਇਕੱਲਾ ਇਹਨੂੰ ਤੋੜਨ 'ਤੇ ਖਰਚਾ ਆ ਜਾਂਦਾ ਸੀ। ਅੱਜ ਜੇ ਹਿੰਦੁਸਤਾਨ ਦੇ ਮਾਰਕੀਟ 2 ਜਾਂ 3 ਹਜ਼ਾਰ ਰੁਪਏ ਰੇਟ ਹੋਏਗਾ, ਵੱਧ ਨਹੀਂ ਹੋਣਾ। ਅਮਰੀਕਾ ਵਿੱਚ ਰੇਟ ਕਿਆ ਮੈਨੂੰ ਨਹੀਂ ਪਤਾ ਜੀ, ਇਹਦਾ ਮਤਲਬ ਤੁਹਾਡਾ ਜੇ 3000 ਰੇਟ ਵਾਲਾ ਤਾਂ 2000 ਰੁਪਇਆ ਤਕਰੀਬਨ ਤੋੜ 'ਤੇ ਪੱਤੀ ਤੋੜ 'ਤੇ ਖਰਚਾ ਆਜੂ ਇੱਕ ਕਿਲੋ 'ਤੇ। ਸੋ ਸੁਣਿਆ ਤੁਸੀਂ ਕਿ ਇਸ ਫਸਲ ਦੇ ਵਿੱਚੋਂ ਕਿੰਨੀ ਕਮਾਈ ਕਿਸਾਨ ਦੇ ਪੱਲੇ ਪਵੇਗੀ। ਰੇਟ ਦੀ ਗੱਲ ਕੀਤੀ ਹੈ ਡਾਕਟਰ ਸਾਹਿਬ ਨੇ, ਅਤੇ ਇਹ ਵੀ ਕਿ ਕਿਸਾਨ ਜਿਹੜੇ ਬਿਜਾਈ ਕਰ ਰਹੇ ਨੇ ਤਾਂ ਉਹਨਾਂ ਦੇ ਵੱਲੋਂ ਕਹਿ ਰਹੇ ਕਿ ਸਾਨੂੰ ਜੋ ਮਾਰਕੀਟ ਦੇ ਵਿੱਚ ਇਸਦਾ ਕਾਫੀ ਮੁਨਾਫਾ ਮਿਲ ਰਿਹਾ ਜੇ ਅਸੀਂ ਮਾਰਕੀਟ ਦੇ ਵਿੱਚ ਵੇਚਦੇ ਹਾਂ, ਅਤੇ ਈਵਨ ਇਹ ਵੀ ਕਿਹਾ ਜਾ ਰਿਹਾ ਕਿ ਜਿੱਥੇ ਇਹਨਾਂ ਨੂੰ ਬੀਜ ਦਾ ਜਿਹੜਾ ਉਹ ਵੀ ਰੇਟ ਕਾਫੀ ਵਧੀਆ ਮਿਲ ਰਿਹਾ, ਜੇ ਉਹ ਅੱਗੇ ਬੀਜ ਹੀ ਵੇਚਦੇ ਨੇ ਤਾਂ ਵੀ ਉਹਨਾਂ ਨੂੰ ਫਸਲ ਦੇ ਵਿੱਚੋਂ ਮੁਨਾਫਾ ਹੋ ਰਿਹਾ, ਉਸ ਬਾਰੇ ਥੋੜ੍ਹਾ ਜਿਹਾ ਜਾਣਨਾ। ਬਹੁਤ ਸੋਹਣੀ ਗੱਲ ਕੀਤੀ, ਜਿੱਥੋਂ ਤੱਕ ਬੀਜ ਹੈ ਗੌਰਮੈਂਟ ਦਾ ਰੇਟ 5300 ਰੁਪਏ ਬੰਨਿਆ ਹੋਇਆ ਜੀ, ਪਰ ਕਈ ਵਾਰ ਮਾਰਕੀਟ ਵਿੱਚ 4 ਤੋਂ 5 ਹਜ਼ਾਰ ਰੁਪਏ ਜਾਂ ਇਹ ਤੋਂ ਘੱਟ ਵਿਕਦਾ ਕਿਲੋ ਦੇ ਹਿਸਾਬ ਨਾਲ। ਹੁਣ ਜੇ ਤੁਸੀਂ 50 ਹਜ਼ਾਰ ਰੁਪਏ ਕਿਲੋ ਕਰਨੇ ਤਾਂ 5 ਕਰੋੜ ਨੂੰ ਕੁਇੰਟਲ ਬਣ ਗਿਆ ਜੀ, ਅਤੇ ਕਿਸਾਨ ਵੀ ਜੇ ਬੀਜਣੇ ਹੈ ਤੁਸੀਂ 50 ਰੁਪਏ ਬੀਜ ਲਓ, ਫਿਰ 50 ਹਜ਼ਾਰ ਨੂੰ ਕਿਉਂ ਕਿਲੋ ਦਿੰਦੇ ਹੋ ਜਦੋਂ ਤੁਹਾਡੇ ਅਪਤੋਬਧ ਹੈ। ਆਹ ਕਿਸਮ ਮੈਂ ਜਿੱਥੋਂ ਤੱਕ ਕਹਿ ਸਕਦਾ, ਇਹ ਮਹਾਰਾਸ਼ਟਰ ਅਕੋਲਾ ਦੀ ਕਿਸਮ ਹੈ, ਇਹਦਾ ਨਾਂ ਭੀਮਾ ਹੈ ਜੀ, ਉੱਥੇ ਕਾਫੀ ਪ੍ਰਚਲਿਤ ਹੈ, ਸਪੈਨਲੈਸ ਹੈ। ਉੱਥੇ ਨਾਗਪੁਰ ਜਾਂ ਅਮਰਾਵਤੀ ਦੇ ਲੈ ਕੇ ਜਿੰਨਾ ਤੁਹਾਨੂੰ ਮਾਰਕੀਟ 5 ਹਜ਼ਾਰ ਨੂੰ ਕੁਇੰਟਲ ਜਿੰਨਾ ਮਰਜ਼ੀ ਲੈ ਲਓ, ਤੁਸੀਂ 50 ਹਜ਼ਾਰ ਨੂੰ ਕਿਲੋ ਕਿਉਂ ਲੈਂਦੇ ਹੋ? ਮੰਨ ਲਓ ਖੇਤੀ ਵੀ ਕਰਨੀ ਤੁਸੀਂ ਜੀ ਜੀ, ਵੈਸੇ ਤਾਂ ਸਿਫਾਰਿਸ਼ ਨਹੀਂ ਕਰਦੇ, ਕਿਉਂਕਿ ਇਹ ਤੁਹਾਡੀ ਆਮਦਨ 15-20 ਹਜ਼ਾਰ ਰੁਪਇਆ ਕਿੱਲਾ ਵੱਧ ਤੋਂ ਵੱਧ ਆਏਗੀ, ਇਹ ਤੋਂ ਵੱਧ ਨਹੀਂ, ਜੋ ਕਿ ਦੂਜੀਆਂ ਫਸਲਾਂ ਦੇ ਮੁਤਾਬਲ ਨਹੀਂ। ਦੂਜੀ ਇਹ ਫਸਲ ਬਹੁਤ ਲੰਮੀ ਹੈ, ਇਹਨੂੰ ਤੁਸੀਂ ਨਵੰਬਰ 'ਚ ਲਾਉਣਾ ਅਤੇ ਜਾ ਕੇ ਮਈ 'ਚ ਕੱਟੀ ਜਾਣੀ ਹੈ, ਉਸ ਇਹ ਦੁਵਿਧਾ ਬਹੁਤ ਕੱਟਣ ਕਰ ਤਾਂ ਬਹੁਤ ਹੈ। ਰਹੀ ਗੱਲ ਬੀ, ਇਹ ਬੀ ਭਰਾਵੋ ਤੁਹਾਡਾ ਮੰਡੀ 'ਚ ਇੱਥੇ ਨਹੀਂ ਵਿਕਣਾ, ਕਿਉਂਕਿ ਸਾਡੇ ਕੋਲ ਕੋਈ ਆਇਲ ਮਿਲ ਹੈ ਹੀ ਨਹੀਂ ਜਿਹੜੀ ਖਰੀਦੇ। ਜਿਵੇਂ ਕਿਹਾ ਜਾ ਰਿਹਾ ਕਿ ਮਾਰਕੀਟ ਦੇ ਵਿੱਚ ਦਿੱਲੀ, ਇਹਦੀ ਦਿੱਲੀ ਮਾਰਕੀਟ ਹੈ ਜਾਂ ਫਿਰ ਮੁੰਬਈ ਦੇ ਵਿੱਚ ਅਸੀਂ ਮਾਰਕੀਟ ਦੱਸੀ ਜਾ ਰਹੀ ਹੈ, ਤਾਂ ਕਿਸਾਨ ਉੱਥੇ ਜਾ ਕੇ ਜੇ ਵੇਚਦੇ ਨੇ ਤਾਂ ਉਹਨਾਂ ਨੂੰ ਕਹਿੰਦੇ ਵੀ ਭਾਰੀ ਮੁਨਾਫਾ ਹੋ ਰਿਹਾ, ਜਿਸ ਤਰ੍ਹਾਂ ਸਾਡੀ ਕਿਸਾਨਾਂ ਦੇ ਨਾਲ ਗੱਲਬਾਤ ਹੋਈ ਹੈ ਜਿਹਨਾਂ ਜੋ 50 ਹਜ਼ਾਰ ਰੁਪਏ ਕਿਲੋ ਸਾਨੂੰ ਸੋਚ ਰਹੇ ਆ, ਜਦੋਂ ਕਿ 50 ਰੁਪਏ ਕਿਲੋ ਹੈ, ਮੰਡੀ ਤੁਹਾਡਾ 50 ਰੁਪਏ ਕਿਲੋ ਵਿਕਣਾ, 50 ਹਜ਼ਾਰ ਉਹ ਨਹੀਂ ਵਿਕਣਾ। ਅੱਛਾ, ਰਹੀ ਕੇਸਰ ਦੀ ਗੱਲ ਜੀ, ਜਿਹੜਾ ਅਸਲੀ ਕੇਸਰ ਹੈ ਉਹਦੇ ਬੀ ਨਹੀਂ ਬਣਦਾ, ਉਹਦੀ ਗੰਢੀਆਂ ਆਉਂਦੀਆਂ ਨੂੰ ਕੌਰਮ ਕਹਿੰਦੇ ਆ, ਉਹ ਕੌਰਮ ਜ਼ਮੀਨ 'ਚ ਹੁੰਦਾ, ਕੌਰਮ ਤੋਂ ਉਹਦੇ ਬੀ ਬਿਲਕੁਲ ਮਾੜੇ ਫੁੱਲ ਬਣੇਗਾ। ਉਹਦੇ ਬਾਰੇ ਤੁਹਾਨੂੰ ਸਾਡੇ ਅਗਲੇ ਵਿਗਿਆਨੀ ਵਿਸਥਾਰ ਦੱਸਣਗੇ ਵੀ ਉੱਥੇ ਕੇਸਰ ਕਿਹੜੀ ਚੀਜ਼ ਹੁੰਦੀ ਹੈ। ਪਰ ਕਿਸਾਨ ਵੀਰੋ, ਖਿਆਲ ਰੱਖਿਓ ਇਹ ਕੇਸਰ ਨਹੀਂ। ਦੂਜੀ ਗੱਲ, ਜੇਕਰ ਤੁਹਾਡਾ ਅਮੈਰੀਕਾ ਦੇ ਵਿੱਚ ਵੇਚਦਾ ਹੈ, ਉਹਦੇ ਲਈ ਸਾਨੂੰ ਲਾਇਸੈਂਸ ਲੈਣਾ ਪਏਗਾ। ਕੱਲ੍ਹ ਨੂੰ ਲਾਇਸੈਂਸ ਲੈ ਕੇ ਤੁਹਾਡੀ ਕੀ ਕੀਮਤ ਵਧੇ ਇਹਦੇ ਬਾਰੇ ਮੈਂ ਕੁਛ ਸਕਿੰਤ ਉਪਰੰਤ ਨਹੀਂ ਕਹੂੰਗਾ। ਯਾਨੀ ਇਹ ਫਸਲ ਅਮੈਰੀਕਾ ਦੇ ਵਿੱਚ ਵੇਚੀ ਜਾ ਸਕਦੀ? ਲੋਕ ਵੇਚਦੇ ਆ ਜੀ, ਅੱਜ ਕੱਲ੍ਹ ਇਹਨੂੰ ਉੱਥੇ ਸੈਫੋ ਟੀ ਜਾਂ ਹਰਬਲ ਟੀ ਦੇ ਨਾਂ 'ਤੇ ਵੇਚੀ ਜਾਂਦੀ ਹੈ। ਕਈ ਲੋਕ ਇਹਨੂੰ ਸੈਰਮਿਆ ਕਰਕੇ ਕਈ ਮਿਸਯੂਜ ਕਰ ਰਹੇ, ਹੋ ਸਕਦਾ ਕੋਈ ਗਲਤੀ ਨਾਲ ਇਹਨੂੰ ਕੇਸਰ ਕਹਿ ਕੇ ਵੇਚਦਾ ਹੋਵੇ ਜੀ ਜੀ। ਜੋ ਪਤਾ ਲੱਗਿਆ ਕੇਸਰ ਦਾ ਇਸ ਟਾਈਮ ਜੀ ਦਾ, ਇਹਨੂੰ ਅਮੈਰੀਕਨ ਕੇਸਰ ਹੈ ਉਹਦਾ ਰੇਟ ਹੋਏਗਾ $120 ਕਿਲੋ ਦਾ ਜੀ। ਜਿਹੜਾ ਅਸਲੀ ਕੇਸਰ ਹੈ ਉਹ 2500-3000 ਅਮੈਰੀਕਨ ਡਾਲਰ ਦਾ ਰੇਟ ਹੈ, ਪਰ ਉਹਦੇ ਨਾਲ ਮਿਲਾਵਟ ਕਰਾਂਗੇ, ਇਹ ਮਿਲਾਵਟ ਨਹੀਂ। ਅੱਜ ਸਾਨੂੰ ਨਹੀਂ ਪਤਾ ਲੱਗਦਾ, ਪਰ ਕੱਲ੍ਹ ਨੂੰ ਜਦੋਂ ਵਿਸਤਾਰ ਆ ਗਿਆ ਸਾਨੂੰ, ਮੈਂ ਇਹਨੂੰ ਬਿਲਕੁਲ ਸਿਆਣ ਸਕਦਾ, ਅਸਲੀ ਕੇਸ ਦੂਜੇ ਨੂੰ ਸਿਆਣ ਸਕਦਾ। ਇੱਥੇ ਮੈਨੂੰ ਇਹਨੂੰ ਕਿਹਾ ਪਾਣੀ 'ਚ ਘੋਲੋ, ਇਹਦੀ ਪੱਤੀ ਖੁੱਲ੍ਹ ਕੇ ਬਾਹਰ ਆ ਜਾਏਗੀ, ਕੇਸਰ ਦੀ ਨਹੀਂ ਆਏਗੀ। ਫਿਰ ਮੇਰਾ ਕਿਸਾਨਾਂ ਬਹੁਤ ਹੈ ਕਿ ਭਾਈ ਜੇ ਤੁਸੀਂ ਇਹਨੂੰ ਲਾਉਣਾ ਵੀ ਹੈ, ਪਹਿਲਾਂ ਸਾਡੀ ਖੇਤੀ ਉੱਡ ਜਾਂਦੇ, ਫਿਰ ਤੋਂ ਪਤਾ ਕਰ ਲਓ ਕੀ ਚੀਜ਼ ਹੈ। ਫਿਰ ਦੂਜੀ ਗੱਲ, ਮਾਰਕੀਟ ਜ਼ਰੂਰ ਪਤਾ ਲਾ ਕਰ ਲਓ, ਇਹ ਨਹੀਂ ਮਿਲਦਾ। ਜਦੋਂ ਤੁਸੀਂ ਬੰਬੇ ਜਾਓਗੇ, ਮਹਾਰਾਸ਼ਟਰ ਹੁੰਦਾ ਹੈ ਬੰਬੇ, ਤੁਹਾਨੂੰ ਮਾਰਕੀਟ 'ਚ ਮਿਲ ਜਾਏਗਾ, ਤੁਹਾਨੂੰ ਨਾਗਪੁਰ ਮਾਡਲ ਮਿਲ ਜਾਏਗਾ, ਆਂਧਰਾ ਦੀ ਮਾਰਕੀਟ ਜਾਵੇ ਤੁਹਾਨੂੰ ਮੰਡੀ 'ਚ ਮਿਲ ਜਾਏਗਾ। ਇਹਨੂੰ ਕਰੜੀ ਕਰਕੇ ਜਾਣਿਆ ਜਾਂਦਾ, ਉੱਥੇ ਸੈਫ ਲਾ ਰਿਹਾ ਕਿਸੇ ਨਹੀਂ ਬੋਲਣਗੇ, ਇਹਨੂੰ ਕਰੜੀ ਬੋਲਦੇ ਆ, ਕਰੜੀ ਦੇ ਨਾਂ 'ਤੇ ਫਸਲ ਵਿਕਦੀ ਹੈ। ਤੇ ਤੁਸੀਂ ਕਿਸਾਨ ਭਰਾਵਾਂ ਨੂੰ ਕੀ ਇੱਥੇ ਸਲਾਹ ਦੇਣੀ ਚਾਹੋਗੇ ਇਸ ਬਾਰੇ? ਮੈਂ ਕਹਾਂ ਨਾ ਜੀ, ਇਹਦੇ ਵੱਲ ਨਾ ਜਾਓ। ਹਾਂ, ਜੇ ਤੁਹਾਨੂੰ ਕੋਈ ਪੱਕੀ ਗਰੰਟੀ ਦਿੰਦਾ ਹੈ ਮੈਂ ਇਹਦੇ ਪੱਤੇ ਕਿੰਨੇ ਲਏਗਾ, ਆਪਦੀ ਲੇਬਰ ਕੱਢ ਕੇ, ਜੇ ਤੁਹਾਨੂੰ ਪੱਕਾ ਦਿੰਦਾ ਹੈ ਮੈਨੂੰ ਇਹ 'ਚ 1 ਲੱਖ ਜਾਂ 2 ਲੱਖ ਰੁਪਈਆ ਕਿੱਲਾ ਦਿੰਦਾ ਹੈ, ਉਹਦਾ ਕੰਟੈਕਟ ਕਰਕੇ ਵੇਚ ਲਓ, ਮੈਂ ਨਹੀਂ ਕਿਸੇ ਦੇ। ਅਤੇ ਅਸਲ ਕੇਸਰ ਦੇ ਬਾਰੇ ਜਾਣਦੇ ਹਾਂ ਕਿ ਆਖਿਰਕਾਰ ਜਿਹੜਾ ਕੇਸਰ ਹੈ ਉਹ ਕਿਹੜੇ ਹਾਲਾਤਾਂ ਦੇ ਵਿੱਚ ਬੀਜਿਆ ਜਾਂਦਾ ਅਤੇ ਕਿਹੜੇ ਇਲਾਕਿਆਂ ਦੇ ਵਿੱਚ ਇਸ ਦੀ ਬਿਜਾਈ ਕੀਤੀ ਜਾਂਦੀ ਹੈ। ਸਾਡੇ ਨਾਲ ਡਾਕਟਰ ਸੁਰਿੰਦਰ ਕੌਰ ਸੰਧੂ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ। ਅਤੇ ਅੱਜ ਕੇਸਰ ਦੇ ਬਾਰੇ ਜੇ ਗੱਲ ਕੀਤੀ ਜਾਵੇ, ਜਿਸ ਤਰ੍ਹਾਂ ਦੇ ਨਾਲ ਅਮੈਰੀਕਨ ਕੇਸਰ ਅਤੇ ਕੇਸਰ ਦੇ ਵਿੱਚ ਫਰਕ ਕਰਨਾ ਕਿਸਾਨਾਂ ਨੂੰ ਕਾਫੀ ਮੁਸ਼ਕਿਲ ਹੁੰਦਾ ਜਾ ਰਿਹਾ ਅਤੇ ਨਹੀਂ ਪਤਾ ਹੁੰਦਾ ਕਈ ਵਾਰੀ ਆਮ ਤੌਰ ਦੇ ਉੱਤੇ ਵੀ ਕੇਸਰ ਕੀ ਹੁੰਦਾ ਹੈ, ਕਿਸ ਤਰ੍ਹਾਂ ਦੇ ਨਾਲ ਕੇਸਰ ਦੀ ਬਿਜਾਈ ਕੀਤੀ ਜਾਂਦੀ ਹੈ ਅਤੇ ਕਿਹੜੇ ਇਲਾਕਿਆਂ ਦੇ ਵਿੱਚ ਪਾਇਆ ਜਾਂਦਾ ਹੈ? ਜੀ ਮੈਮ, ਅੱਜ ਕੱਲ੍ਹ ਪੰਜਾਬ ਦੇ ਵਿੱਚ ਬਹੁਤ ਸਾਰੇ ਕਿਸਾਨ
ਕਸੁੰਬੜਾ ਦੀ ਖੇਤੀ ਕਰ ਰਿਹਾ। ਆਪਣੇ ਪੰਜਾਬ ਦੇ ਕਿਸਾਨਾਂ ਨੂੰ ਇਹ ਬਹੁਤ ਚੰਗੀ ਤਰ੍ਹਾਂ ਜਾਣ ਲੈਣਾ ਚਾਹੀਦਾ ਕਿ ਕੇਸਰ ਬਹੁਤ ਠੰਡੇ ਇਲਾਕਿਆਂ ਦੀ ਫਸਲ ਹੈ। ਕੇਸਰ ਸਿਰਫ ਉੱਥੇ ਹੁੰਦਾ ਜਿੱਥੇ 2-3 ਮਹੀਨੇ ਬਰਫ਼ ਪੈਂਦੀ ਰਹਿੰਦੀ ਹੈ, ਜਿੱਦਾਂ ਉੱਪਰ ਅਫਗਾਨਿਸਤਾਨ, ਆਪਣੇ ਭਾਰਤ 'ਚ ਸ਼੍ਰੀਨਗਰ ਦਾ ਹੈਗਾ ਅਤੇ ਉਹਦੇ ਆਸ ਪਾਸ ਦੇ ਕੁਛ ਇਲਾਕੇ ਹੈ ਜਿੱਥੇ ਕੇਸਰ ਦੀ ਫਸਲ ਹੁੰਦੀ ਹੈ। ਅਤੇ ਉਹ ਕੇਸਰ ਦੇ ਆਪਣਾ ਜਿਹੜਾ ਪੰਜਾਬ ਹੈ ਉਹ ਅਸਲੀ ਕੇਸਰ ਜਿਹਨੂੰ ਆਪਾਂ ਕਹਿੰਦੇ ਹਾਂ, ਉਹਦੇ ਲਈ ਇਹਦਾ ਦਾ ਤਾਪਮਾਨ ਇਹਦੀਆਂ ਕੰਡੀਸ਼ਨ ਢੁੱਕਵਾਂ ਹੀ ਨਹੀਂ ਹੈ। ਅਸੀਂ ਉਹਦੇ ਵਿੱਚ ਉਸ ਏਰੀਆ 'ਚ ਨਹੀਂ ਆਉਂਦੇ ਅਤੇ ਜੇ ਅਸੀਂ ਇੱਥੇ ਕੇਸਰ ਲਗਾਵਾਂਗੇ ਤਾਂ ਮੈਨੂੰ ਨਹੀਂ ਲੱਗਦਾ ਅਸੀਂ ਉਹਦੀ ਫਸਲ ਨੂੰ ਇੱਥੇ ਲੈ ਸਕਦੇ ਹਾਂ। ਅਤੇ ਹੁਣ ਇੱਦਾਂ ਹੈਗਾ ਕਿ ਜਿੱਦਾਂ ਹੁਣ ਸ਼੍ਰੀਨਗਰ ਹੈ, ਉੱਥੇ ਬੜੇ ਆਰਾਮ ਨਾਲ ਹੋ ਜਾਂਦਾ, ਬਸ ਇਹਨੂੰ ਠੰਡੇ ਇਲਾਕੇ ਦੀ ਲੋੜ ਹੈ। ਅਤੇ ਇੱਕ ਹੈਗਾ ਕਿ ਜਿੱਦਾਂ ਅਸੀਂ ਫੁੱਲਾਂ ਤੋਂ, ਹੁਣ ਜਿੱਦਾਂ ਕਸੁੰਬੜਾ ਦਾ ਫੁੱਲ ਜੇ ਦੇਖਣਾ ਹੋਵੇ ਤਾਂ ਕੇਸਰ ਦਾ, ਉਹਦੇ ਵਿੱਚ ਬਿਲਕੁਲ ਭਿੰਨਤਾ ਹੈ। ਇਹ ਜਿਹੜਾ ਕੇਸਰ ਦਾ ਬੂਟਾ ਹੀ 1.25 ਫੁੱਟ ਤੱਕ ਹੀ ਰਹਿੰਦਾ। ਅਤੇ ਇੱਕ ਕਹਿੰਦੇ ਨੀਲੇ ਰੰਗ ਦੇ ਫੁੱਲ ਹੁੰਦੇ ਆ, ਜਦੋਂ ਕਿ ਤੁਸੀਂ ਕਸੁੰਬੜਾ ਦੇਖਿਆ ਹੋਣਾ ਜਿਹੜੇ ਕਿਸਾਨ ਵੀਰ ਲਗਾਏ ਜਾਂਦੇ ਆ, ਪੀਲੇ ਰੰਗ ਦਾ, ਥੋੜ੍ਹੇ ਲਾਲ ਰੰਗ ਦੇ ਫੁੱਲ ਹੁੰਦੇ ਆ। ਜਦਕਿ ਕੇਸਰ ਦਾ ਜਿਹੜਾ ਉਹ ਜਿਹੜਾ ਕੇਸਰ ਕਹਿੰਦੇ, ਇੱਕ ਫੁੱਲ 'ਚੋਂ ਤਕਰੀਬਨ 3 ਤੁਰੀਆਂ ਹੁੰਦੀਆਂ ਲਾਲ ਰੰਗ ਦੀਆਂ, ਉਹਨੂੰ ਹੀ ਅਸੀਂ ਜਿਹੜਾ ਉਹਨੂੰ ਸੁਕਾ ਕੇ ਕੇਸਰ ਵਰਤਦੇ ਹਾਂ। ਅਤੇ ਇੱਥੇ ਤੁਸੀਂ ਇਹ ਦੇਖਦੇ ਹੋ ਜਿੱਦਾਂ ਹੁਣ ਆਹ ਕਸੁੰਬੜਾ ਦਾ ਫੁੱਲ ਹੈ ਨਾ, ਜਿਹਨੂੰ ਅਸੀਂ ਅੰਗਰੇਜ਼ੀ 'ਚ ਸੈਫਲਾਰ ਕਹਿੰਦੇ ਹਾਂ, ਇਹਦੇ ਫੁੱਲਾਂ ਦਾ ਹੈ ਔਰ ਇਹਦੇ ਕਿੰਨੇ ਸਾਰੇ ਫੁੱਲ ਹੈ। ਅਤੇ ਉੱਥੇ ਤੁਸੀਂ ਕੇਸਰ ਦਾ ਫੁੱਲ ਦੇਖੋਗੇ, ਸਿਰਫ ਇੱਕ ਨੀਲੇ ਰੰਗ ਦਾ ਫੁੱਲ ਹੈ ਅਤੇ ਸਿਰਫ 3 ਤੁਰੀਆਂ ਇੱਕ ਫੁੱਲ ਦੇ, ਇੱਥੇ ਕਾਫੀ ਸਾਰੀਆਂ ਜਿਹੜੀਆਂ ਨਜ਼ਰ ਆ ਰਹੀਆਂ, ਬਹੁਤ ਸਾਰੀਆਂ। ਤਾਂ ਮੈਨੂੰ ਉਹ ਇਹਨਾਂ ਨੂੰ ਡਰਾਈ ਕਰਕੇ ਤਾਂ ਕਈਆਂ ਨੂੰ ਲੱਗਦਾ ਆਪਣੇ ਕਿਸਾਨ ਵੀਰ ਇਸੇ ਗੱਲ 'ਚ ਹੀ ਭੁਲੇਖਾ ਪਾ ਰਹੇ। ਹੁਣ ਤੁਸੀਂ ਇਹਨੂੰ ਦੇਖੋਗੇ, ਇਹਦੀਆਂ ਇਹਨਾਂ ਨੂੰ ਜਦੋਂ ਚੰਗੀ ਤਰ੍ਹਾਂ ਸੁਕਾ ਲਓਗੇ ਅਤੇ ਤੁਸੀਂ ਕੇਸਰ ਦੀਆਂ ਉਹ ਤੁਰੀਆਂ ਦੇਖੋਗੇ, ਆਮ ਉਹਨੂੰ ਪਹਿਚਾਨਣਾ ਬਹੁਤ ਮੁਸ਼ਕਿਲ ਹੋ ਜਾਂਦਾ। ਮੈਨੂੰ ਲੱਗਦਾ ਇਹੀ ਕਾਰਨ ਹੈ ਜਿਹਦੇ ਕਰਕੇ ਕੋਈ ਉਹਨਾਂ ਨੂੰ, ਕਿਸਾਨ ਵੀਰਾਂ ਨੂੰ, ਆਪਣਿਆਂ ਨੂੰ ਕੋਈ ਗੁੰਮਰਾਹ ਕਰ ਲੈਂਦਾ ਕਿ ਤੁਸੀਂ ਕੇਸਰ ਦੀ ਖੇਤੀ ਕਰ ਰਹੇ ਹੋ, ਜਦਕਿ ਉਹ ਆਹ ਵਾਲਾ ਜਿਹੜਾ ਇਹ ਕਸੁੰਬੜਾ ਸਾਡੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ 15-16 ਤੱਕ ਇਹਦੀ ਇੱਕ ਤੇਲ ਬੀਜ ਫਸਲਾਂ 'ਚ ਸਿਫਾਰਿਸ਼ ਕੀਤੀ ਗਈ ਸੀ। ਜਿੱਦਾਂ ਹੁਣ ਆਪਾਂ ਸਰੋਂ ਉਗਾਉਂਦੇ ਹਾਂ, ਆਪਾਂ ਗੋਭੀ ਸਰੋਂ ਦੀ ਹੈ, ਤੋਰੀਆਂ ਦੀਆਂ, ਉੱਦਾਂ ਹੀ ਆਪਣੇ ਕਸੁੰਬੜਾ ਦੀ ਫਸਲ ਸੈਫਲਾਰ ਜਿਹੜਾ ਪੰਜਾਬ ਦੇ ਵਿੱਚ ਜਿਹਨੂੰ ਕਸੁੰਬੜਾ ਕਹਿੰਦੇ ਆ, ਉਹ ਇੱਕ ਤੇਲ ਬੀਜ ਫਸਲ ਹੈ, ਬਲਕਿ ਇਹਦਾ ਬੜਾ ਚੰਗਾ ਤੇਲ ਹੈ, ਇਹਦੀ ਖਲ ਵੀ ਨਿਕਲਦੀ ਹੈ। ਔਰ ਉੱਪਰੋਂ ਜੇ ਆਪਾਂ ਕੇਸਰ ਕਹਿੰਦੇ ਹਾਂ ਕਿ ਕਿਸਾਨਾਂ ਨੂੰ ਲੱਗਦਾ ਜੀ ਸਾਨੂੰ 50,000 ਰੁਪਏ ਦਾ ਕੇਸਰ ਦਾ ਬੀਜ ਮਿਲ ਗਿਆ, ਕਿਸਾਨ ਵੀਰਾਂ ਨੂੰ ਬਹੁਤ ਚੰਗੀ ਤਰ੍ਹਾਂ ਸੋਚ ਮਨ 'ਚ ਰੱਖਣਾ ਚਾਹੀਦਾ ਕਿ ਸਾਇੰਟੀਫਿਕਲੀ ਜੇ ਕਹੀਏ ਕੇਸਰ ਦਾ ਬੀਜ ਹੁੰਦਾ ਹੀ ਨਹੀਂ। ਜਿੱਦਾਂ ਤੁਸੀਂ ਉਹ ਅਦਰਕ ਦੀਆਂ ਗੰਢਾਂ ਦੇਖੀਆਂ, ਉਹ ਗੰਢਾਂ ਤੋਂ ਹੀ ਹੁੰਦਾ ਉਹਦੀ, ਜਿੱਦਾਂ ਅਸਲ ਕੇਸਰ ਹੈ ਉਹਦੀ, ਜਿੱਦਾਂ ਆਪਾਂ ਅਗਲੀ ਫਸਲ, ਕੋਈ ਉਹਦਾ ਕੋਈ ਕਾਲੇ ਰੰਗ ਦਾ, ਚਿੱਟੇ ਰੰਗ ਦਾ ਕੋਈ ਬੀਜ ਨਹੀਂ ਹੁੰਦਾ ਉਹਦਾ ਕੇਸਰ ਦਾ। ਜੇ ਤੁਹਾਨੂੰ ਕੋਈ ਆ ਕੇ ਕਹਿੰਦਾ ਕਿ ਇਹ ਕੇਸਰ ਦਾ ਬੀਜ ਹੈ ਤਾਂ ਉਹ 'ਤੇ ਬਿਲਕੁਲ ਯਕੀਨ ਨਹੀਂ ਕਰਨਾ। ਕੇਸਰ ਸਿਰਫ ਜਿੱਦਾਂ ਦੀਆਂ ਅਦਰਕ ਦੀਆਂ ਗੰਢਾਂ, ਉਹ ਗੰਢਾਂ ਤੋਂ, ਇੱਕ ਗੰਢ ਤੋਂ ਜਿੱਦਾਂ ਆਪਾਂ ਬੀਜ ਲਈ, ਉੱਥੋਂ ਕੇਸਰ ਦਾ ਬੂਟਾ ਹੋ ਜਾਣਾ, ਉੱਥੋਂ ਹੀ ਉਹਦੀਆਂ ਫੁੱਲਾਂ ਤੋਂ ਆਪਾਂ 3-3 ਤੁਰੀਆਂ ਇਕੱਠੀਆਂ ਕਰ ਲੈਣੀਆਂ। ਇਸ ਕਰਕੇ ਤੁਸੀਂ ਉਹ ਤਾਂ ਬਿਲਕੁਲ ਭੁੱਲ ਜਾਓ। ਅਤੇ ਹੁਣ ਜੇ ਕੋਈ ਇਹਦੇ ਬੀਜ ਨੂੰ ਤੁਹਾਨੂੰ ਦਿੰਦਾ ਕੋਈ 50,000 ਰੁਪਈਆ, ਤਾਂ ਉਹ ਵੀ ਆਪਾਂ ਜਿੱਦਾਂ ਹੁਣ ਸਾਰੀਆਂ ਤੇਲ ਬੀਜ ਫਸਲਾਂ ਦੀ ਸੈਂਟਰਲ ਗਵਰਨਮੈਂਟ ਵੱਲੋਂ MSC ਜਿਹਨੂੰ ਅਸੀਂ ਘੱਟੋ ਘੱਟ ਸਮਰਥਨ ਮੁੱਲ ਕਹਿੰਦੇ, ਉਹ ਨਿਰਧਾਰਿਤ ਕੀਤਾ ਜਾਂਦਾ। ਔਰ ਇਸ ਸਾਲ ਵੀ ਆਪਣੀਆਂ ਜਿਹੜੀਆਂ ਇਹਦੇ ਲਈ 5,300 ਰੁਪਏ ਦਾ ਮੁੱਲ ਨਿਰਧਾਰਿਤ ਕੀਤਾ ਗਿਆ ਕਿ ਵੀ 53 ਇਹਦਾ ਜਿਹੜਾ ਇਹਦਾ ਸੈਫਲਾਰ ਦਾ ਜਿਹੜਾ ਬੀਜ ਹੈ, ਤੁਸੀਂ ਕਿਸਾਨ ਵੀਰ ਇਹਦੇ ਬੀਜ ਨੂੰ ਜਦੋਂ ਮੰਡੀ 'ਚ ਕਰਨ ਜਾਣਗੇ ਤਾਂ ਉਹਦਾ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਹੈ ਉਹ 5,300 ਰੁਪਏ ਹੈ। ਇਹ ਪੰਜਾਬ ਦੀ ਗੱਲ ਕੀਤੀ ਜਾਵੇ ਜਾਂ ਫਿਰ ਜਿਹੜਾ MSP ਹੁੰਦਾ ਨਾ, ਉਹ ਪੂਰਾ ਸੈਂਟਰਲ ਗਵਰਨਮੈਂਟ ਵੱਲੋਂ ਪੂਰੇ ਲਈ ਹੁੰਦਾ, ਜਿਹੜੇ ਵੀ ਪੂਰੇ ਦੇਸ਼ ਲਈ ਹੁੰਦਾ। ਪਰ ਕਈ ਕਿਸਾਨਾਂ ਦਾ ਕਹਿਣਾ ਹੈ, ਜਿਵੇਂ ਕਿ ਅਸੀਂ ਬਠਿੰਡਾ ਦੇ ਵਿੱਚ ਇੱਕ ਕਿਸਾਨ ਕੋਲ ਗਏ ਹਾਂ, ਤਾਂ ਉਹਨਾਂ ਦਾ ਆਖਣਾ ਹੈ ਕਿ ਮੰਡੀ ਦੇ ਵਿੱਚ ਜੋ ਦਿੱਲੀ ਦੀ ਮਾਰਕੀਟ ਸੀ ਉੱਥੇ ਉਹ ਗਏ ਅਤੇ ਉਹਨਾਂ ਦੇ ਵੱਲੋਂ ਸੈਂਪਲ ਭੇਜਿਆ ਗਿਆ ਇਸਦਾ, ਤਾਂ ਉਹਨਾਂ ਨੇ ਜੋ ਰੇਟ ਸੀ ਉਹਨਾਂ ਨੂੰ ਦੱਸਿਆ ਵੀ 50,000 ਰੁਪਏ ਦਾ ਜੋ ਰੇਟ ਹੈ ਇਹਦਾ, ਜੋ ਕੇਸਰ ਦਾ ਐਕਚੁਅਲ ਦੇ ਵਿੱਚ ਜੋ ਥ੍ਰੈਡ ਦੀ ਗੱਲ ਕਰ ਰਹੀ ਸੀ। ਮੈਨੂੰ ਲੱਗਦਾ ਹੈ ਕਿ ਬਈ ਇਹਨੂੰ ਆਪਾਂ ਜੇ ਕੇਸਰ, ਮਤਲਬ ਆਪਾਂ ਨੂੰ ਹੁਣ ਇਹ ਤਾਂ ਜਾਣੂ ਹੋ ਗਿਆ ਕਿ ਕੇਸਰ ਨਹੀਂ, ਬਿਲਕੁਲ ਨਹੀਂ ਹੈ। ਇਹ ਖਾਦ ਪਦਾਰਥਾਂ ਦੇ ਲਈ ਮੈਡਮ ਇਹ ਥ੍ਰੈਡ ਯੂਜ਼ ਕੀਤੇ ਜਾ ਸਕਦੇ ਨੇ? ਇਹ ਕਰਦੇ ਆ ਮੈਮ, ਸਾਡੇ ਵੀ ਅਸੀਂ ਹੁਣ ਅਸੀਂ ਇਸ ਸਾਲ ਤੋਂ ਆਪਾਂ ਕੱਢਿਆ ਆਪਣੇ, ਨਹੀਂ ਤਾਂ ਸਾਡੀ ਪੈਕੇਜ ਆਫ ਪ੍ਰੈਕਟਿਸ ਜਿਹੜੀ PAU ਵੱਲੋਂ ਇਸ ਤੋਂ ਪਹਿਲਾਂ ਹੁੰਦਾ ਸੀ ਜਾਂਦੀ ਹੈ, ਹਾਂਜੀ, ਉਹਦੇ ਵਿੱਚ ਅਸੀਂ ਲਿਖਦੇ ਸੀਗੇ ਕਿ ਬਈ ਇਹਦੀਆਂ ਜਿਹੜੀਆਂ ਤੁਰੀਆਂ ਇਹਦੀ ਮੈਮ ਤੇਲ ਬਹੁਤ ਚੰਗਾ ਹੁੰਦਾ ਦਿਲ ਦੇ ਪੇਸ਼ੈਂਟਸ ਦੇ ਲਈ, ਇਹਦਾ ਤੇਲ ਬੜਾ ਚੰਗੀ ਕੁਆਲਿਟੀ ਦਾ, ਇਹਦੀ ਖਲ ਪਸ਼ੂਆਂ ਦੇ ਲਈ ਆਪਾਂ ਰਿਕਮੈਂਡ ਕਰਦੇ ਸੀ। ਉੱਪਰੋਂ ਇਹਦੀਆਂ ਤੁਰੀਆਂ ਨੂੰ ਪਹਿਲਾਂ ਕੱਪੜੇ ਡਾਈ ਕਰਨ ਲਈ, ਤੇ ਹੁਣ ਜਿੱਦਾਂ ਹੁਣ ਜਿੰਨੇ ਵੀ ਫੂਡ ਪ੍ਰੋਡਕਟਸ ਹੈ ਬੜਾ ਸੇਫ ਮੰਨਿਆ ਜਾਂਦਾ, ਕਿਉਂਕਿ ਫੂਡ ਪ੍ਰੋਡਕਟ ਹੈ, ਅਸੀਂ ਕੋਈ ਕੈਮੀਕਲ ਦੇ ਕਲਰ ਲਈ ਪਾਉਂਦੇ ਨਹੀਂ, ਉਹਦੇ ਨਾਲ ਬਹੁਤ ਸੇਫ ਹੈ। ਠੀਕ ਹੈ ਜੀ। ਤੇ ਉਹਦੀ ਬੜੀ ਅੱਛੀ ਮਾਰਕੀਟ ਹੈ, ਹੋ ਸਕਦਾ ਜੇ ਕੋਈ ਇੱਦਾਂ ਦੀ ਮਾਰਕੀਟ ਦੇ ਲਈ ਕੋਈ ਕਹਿੰਦਾ ਤਾਂ, ਬਟ ਇਹ ਕਹਿ ਕੇ ਕਿ ਜਿੱਦਾਂ ਹੁਣ ਕਈ ਕਿਸਾਨ ਕਹਿ ਜਾਂਦੇ ਅਸੀਂ ਕੇਸਰ ਦਾ ਬੀਜ 1,000 ਰੁਪਏ ਦਾ ਖਰੀਦ ਲਿਆ, ਉਹਦੇ ਲਈ ਇਹ ਚਾਹੀਦਾ ਕਿ ਜਿੱਦਾਂ ਹੁਣ ਮੈਂ ਦੱਸਿਆ ਕਿ ਮਹਾਰਾਸ਼ਟਰ ਦੇ ਵਿੱਚ ਹੈ ਨਾ, ਆਂਧਰਾ ਪ੍ਰਦੇਸ਼ ਦੇ ਵਿੱਚ ਇਹ ਤੇਲ ਬੀਜ ਦੀ ਚੰਗੀ ਫਸਲ ਹੈ, ਮਤਲਬ ਜਿਹੜੇ ਜਿਹੜੇ ਵੀ ਇਲਾਕੇ ਜਿੱਥੇ ਪਾਣੀ ਦੀ ਘਾਟ ਹੈ ਉੱਥੇ ਬੀਜਿਆ ਜਾ ਸਕਦਾ, ਕਿਉਂਕਿ ਇਹਨੂੰ ਪਾਣੀ ਨਹੀਂ ਚਾਹੀਦਾ। ਜਿੱਦਾਂ ਮੈਂ ਅੱਗੇ ਦੱਸਿਆ ਕਿ ਬਰਾਨੀ ਖੇਤਿਆਂ ਦੇ ਲਈ
ਕੀਤੀ ਹੋਈ ਸੀ ਇਹਦੀ ਸਿਫਾਰਿਸ਼ ਅਤੇ ਉਹ ਇੱਥੇ ਜਿੱਦਾਂ ਹੁਣ ਮੈਂ ਕਿਹਾ ਕਿ 5300 ਰੁਪਏ ਇੱਕ ਕੁਇੰਟਲ ਬੀਜ ਦਾ ਮੁੱਲ ਹੈ, ਮਤਲਬ 53 ਰੁਪਏ ਕਿਲੋ ਹੋ ਗਿਆ ਹੈ ਨਾ, ਤੇ ਉਹ ਮੈਨੂੰ ਲੱਗਦਾ ਵੈਸੇ ਵੀ ਐਮ ਐਸ ਪੀ ਤੇ ਮਿਲਦਾ ਨੀ, ਜਿੱਦਾਂ ਹੁਣ ਇੱਥੇ ਸਾਨੂੰ ਕਹਿ ਦਿੰਦੇ ਸੀ ਸਰੋਂ ਦਾ 4000 ਰੁਪਏ ਬਿਕਰੀ 3 ਹੈ, ਉੱਥੇ ਵੀ ਮਹਾਰਾਸ਼ਟਰ ਵਗੈਰਾ ਆਂਧਰਾ ਪ੍ਰਦੇਸ਼ ਚ ਵੀ ਏਦਾਂ ਹੀ ਹੈ, ਇਹਦਾ ਜਿਹੜਾ ਮੁੱਲ ਹੈ ਬੀਜ ਦਾ 3000 ਤੋਂ 4000 ਰੁਪਏ ਤੱਕ ਹੀ ਮਿਲਦਾ, ਤੇ ਫਿਰ ਤਾਂ ਫਾਰਮਰ ਉੱਥੋਂ 40 ਰੁਪਏ ਦਾ ਲੈ ਕੇ 40-50 ਰੁਪਏ ਦਾ ਇੱਕ ਕਿੱਲੇ ਦਾ ਬੀਜ ਲੈ ਕੇ ਤੇ ਆਪਣੀ ਜਿਵੇਂ ਕਿ ਖਬਰਾਂ ਆ ਰਹੀਆਂ ਨੇ ਕਿ ਕਈ ਕਿਸਾਨ ਜਿਹੜੇ ਨੇ ਉਹ ਠੱਗੀ ਦਾ ਸ਼ਿਕਾਰ ਹੋ ਰਹੇ ਨੇ, ਕਈ ਕਿਸਾਨਾਂ ਨੂੰ ਪਤਾ ਕਿ ਅਸੀਂ ਜੋ ਅਮੈਰੀਕਨ ਕੇਸਰ ਹੈ ਜਾਂ ਜਿਸਨੂੰ ਕਸੂੰਬੜਾ ਵੀ ਕਹਿੰਦੇ ਨੇ ਅਸੀਂ ਉਸਦੀ ਹੀ ਬਿਜਾਈ ਕੀਤੀ ਹੈ, ਤੁਸੀਂ ਉਹਨਾਂ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਜੇਕਰ ਉਹ ਕਸੂੰਬੜਾ ਦੀ ਜਿਹੜੀ ਖੇਤੀ ਕਰ ਰਹੇ ਨੇ ਅਤੇ ਜੇ ਉਹਦਾ ਬੀਜ ਹੈ ਜੇ ਉਹ ਠੱਗੀ ਦਾ ਸ਼ਿਕਾਰ ਹੋ ਰਹੇ ਨੇ, ਕਿਉਂਕਿ ਇਹ ਵੀ ਸੁਣਨ ਨੂੰ ਮਿਲਿਆ ਕਿ ਉਹ ਨਹੀਂ ਕਹਿੰਦੇ ਕਿ ਅਸੀਂ ਖੇਤੀਬਾੜੀ ਮਾਹਿਰਾਂ ਦੇ ਨਾਲ ਅਸੀਂ ਕੋਈ ਸੰਪਰਕ ਸਾਧਿਆ ਸੀ ਜਾਂ ਫਿਰ ਕਿਸੇ ਨੇ ਉਹਨਾਂ ਨੂੰ ਜਾਣ ਪਛਾਣ ਵਾਲਿਆਂ ਨੇ ਉਹਨਾਂ ਨੂੰ ਬੀਜ ਦਿੱਤਾ ਅਤੇ ਉਹਨਾਂ ਨੇ ਲਗਾ ਦਿੱਤਾ ਅਤੇ 50,000 ਪ੍ਰਤੀ ਕਿਲੋ ਜਿਹੜਾ ਅੱਧਾ ਕਿਲੋ ਦਾ ਰੇਟ ਜਿਹੜਾ ਦੱਸਿਆ ਜਾ ਰਿਹਾ ਉਸ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ? ਉਹੀ ਜਿੱਦਾਂ ਆਪਾਂ ਕਹਿੰਦੇ ਹਾਂ, ਮੈਂ ਦੱਸਿਆ ਜਿੱਦਾਂ ਕਿ ਵੀ 5000-4000 ਰੁਪਏ ਦਾ ਤਾਂ ਕੁਇੰਟਲ ਮਿਲਦਾ ਪਿਆ ਜੀ, ਅਤੇ ਇੱਦਾਂ ਜੇ ਉਹਨਾਂ ਨੂੰ ਲੱਗਦਾ ਕਿ ਬੜੀ, ਪਹਿਲਾਂ ਤਾਂ ਮੈਨੂੰ ਇਹ ਕਿ ਬਈ ਤੇਲ ਬੀਜ ਦੇ ਵਾਂਗੂ ਕਰਨੀ ਹੈ ਜਾਂ ਉਹਨੂੰ ਤੁਰੀਆਂ ਦੀ ਕੋਈ ਮਾਰਕੀਟ ਮਿਲਦੀ ਹੈ ਤਾਂ ਲੈਣ, ਬਟ ਐਟਲੀਸਟ ਉਹ ਬੀਜ ਆਪ ਲੈ ਲੈਣ ਜਾ ਕੇ, ਇਹਦੇ ਨਾਲ ਤਾਂ ਮੈਨੂੰ ਲੱਗਦਾ ਹੈ ਯਾਨੀ ਕਿ ਬੀਜ ਦੇ ਨਾਂ ਦੇ ਉੱਤੇ ਜਿਹੜਾ ਉਹ ਠੱਗੀ ਮਾਰੀ ਜਾ ਰਹੀ ਹੈ। ਜੇ ਤੁਹਾਨੂੰ ਕੋਈ ਕਹਿੰਦਾ ਹੁਣ ਤੁਸੀਂ ਦੇਖੋ 5000 ਰੁਪਏ ਚਲੋ ਮੈਕਸਿਮਮ ਤੁਸੀਂ ਐਮ ਐਸ ਪੀ ਤੇ ਵੀ ਲਗਾ ਲਓ, 5300 ਰੁਪਏ ਦਾ ਕੁਇੰਟਲ ਬੀਜ ਹੈ, ਹੈ ਨਾ, ਜੇ 100 ਕਿਲੋ ਫਿਰ ਤਾਂ ਮੈਨੂੰ ਲੱਗਦਾ ਕਿ ਇੱਕ ਕਿਸਾਨ ਵੀਰ ਜਾ ਕੇ ਆਂਧਰਾ ਪ੍ਰਦੇਸ਼ ਜਾ ਕੇ ਤੇ 53 ਲੈ ਕੇ ਵਾਪਸ, ਇਸ ਕਰਕੇ ਤਾਂ ਆਪਾਂ 20,000 ਰੁਪਇਆ ਜਾਂ 30,000 ਰੁਪਇਆ ਕਿਲੋ ਸੀਡ ਉਹ ਬਿਲਕੁਲ ਉਹ ਗੁੰਮਰਾਹ ਆ ਜੀ। ਡਾਕਟਰ ਸਾਹਿਬ ਇੱਕ ਮੇਰਾ ਆਖਰੀ ਸਵਾਲ ਇਹ ਹੈ ਕਿ ਜੇ ਕਿਸਾਨ ਉਹਨਾਂ ਨੂੰ ਪਤਾ ਹੈ ਕਿ ਅਸੀਂ ਕਸੂੰਬੜੇ ਦੀ ਬਿਜਾਈ ਕਰਨੀ ਹੈ, ਜੇ ਉਹਨਾਂ ਦੇ ਕੋਲ ਮਾਰਕੀਟ ਹੈ ਉਹਨਾਂ ਨੂੰ ਰੇਟ ਮਿਲ ਰਿਹਾ ਹੈ, ਤਾਂ ਕਸੂੰਬੜਾ ਦੇ ਬੀਜ ਕੀ ਉਹ ਖੇਤੀਬਾੜੀ ਯੂਨੀਵਰਸਿਟੀ ਤੋਂ ਲੈ ਸਕਦੇ ਨੇ? ਮੈਡਮ ਅਸੀਂ ਨਾ ਪਹਿਲਾਂ ਤੱਕ ਤਾਂ ਸੀਗਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਪਹਿਲਾਂ ਅਸੀਂ ਕਰਦੇ ਸੀ, ਬਟ ਕਸੂੰਬੜਾ ਦੇ ਨਾਂ ਦੇ ਉੱਤੇ ਹੀ ਉਹਨਾਂ ਨੂੰ ਮਿਲਦੀ ਹੈ ਤਾਂ ਮੈਨੂੰ ਲੱਗਦਾ ਪੰਜਾਬ ਯੂਨੀਵਰਸਿਟੀ ਨੂੰ ਕੋਈ ਇਹਦੇ ਵਿੱਚ ਇਤਰਾਜ਼ ਨਹੀਂ ਹੋਣਾ ਚਾਹੀਦਾ ਜੀ। ਅਸੀਂ ਮਤਲਬ ਪੰਜਾਬ ਯੂਨੀਵਰਸਿਟੀ ਤਾਂ ਹੈ ਹੀ ਕਿ ਜੇ ਕਿਤੇ ਕਿਸਾਨ ਵੀਰਾਂ ਨੂੰ ਜਿੱਧਰੋਂ ਕੋਈ ਮੁਨਾਫਾ ਮਿਲਦਾ ਜਾਂ ਉੱਥੇ ਫਾਇਦਾ ਹੁੰਦਾ ਜੀ, ਆਲਵੇਜ਼ ਇਨ ਦੇਅਰ ਸਰਵਿਸ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ। ਸੋ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਦੇ ਨਾਲ ਅਮੈਰੀਕਨ ਕੇਸਰ ਅਤੇ ਕੇਸਰ ਦੇ ਨਾਂ 'ਤੇ ਜੋ ਡਿਫਰੈਂਸ ਸੀਗਾ ਉਹ ਮਾਹਿਰਾਂ ਦੇ ਵੱਲੋਂ ਪੂਰੀ ਤਰ੍ਹਾਂ ਦੇ ਨਾਲ ਉਸਨੂੰ ਵਿਸਥਾਰ ਦੇ ਨਾਲ ਦੱਸਿਆ ਗਿਆ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਸ ਤੋਂ ਲਾਹਾ ਜ਼ਰੂਰ ਮਿਲੇਗਾ। ਸੋ ਇਹ ਸਾਡੇ ਵੱਲੋਂ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਗਈ ਹੈ ਕਿਸਾਨਾਂ ਨੂੰ ਸਹੀ ਜਾਣਕਾਰੀ ਮੁਹੱਈਆ ਕਰਵਾਉਣ ਦੀ, ਤਾਂ ਜੋ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਨਾ ਝੱਲਣਾ ਪਵੇ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਕੋਸ਼ਿਸ਼ ਜ਼ਰੂਰ ਪਸੰਦ ਆਈ ਹੋਵੇਗੀ।